ਸਾਲ 2022 ਨਵਜੋਤ ਸਿੰਘ ਸਿੱਧੂ ਬਨਾਮ ਚਰਨਜੀਤ ਸਿੰਘ ਚੰਨੀ ਜਾਂ ਕਹਿ ਲਵੋ ਕਿ ਸਿੱਧੂ ਬਨਾਮ ਅਮਰਿੰਦਰ ਸਿੰਘ ਰਾਜਾ ਵੜਿੰਗ ਸਮਾਸੀ ਵਿਧਾਨ ਸਭਾ ਚੋਣਾਂ ਤਾਂ ਹੁਣ ਸਾਲ 2023 ਹੈ ਨਵਜੋਤ ਸਿੰਘ ਸਿੱਧੂ ਬਨਾਮ ਪ੍ਰਤਾਪ ਸਿੰਘ ਬਾਜਵਾ ਹੋਇਆ ਸਮਾ ਲੋਕ ਸਭਾ ਦੀਆਂ ਆਗਾਮੀ ਚੋਣਾਂ ਇਸ ਵਿੱਚ ਕਾਮਨ ਹੈ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ ਜੇਕਰ ਕਾਮਨ ਹੈ ਤਾਂ ਉਹ ਹੈ ਵਿਚਾਰਧਾਰਾ ਜੇਕਰ ਕੋਈ ਕਾਮਨ ਹੈ ਤਾਂ ਉਹ ਹੈ ਪਾਰਟੀ ਲੀਡਰਸ਼ਿਪ ਤੋਂ ਵੱਖ ਚਲਣਾ ਇਹਨਾਂ ਸਵਾਲਾਂ ਕਰਕੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਵਿਵਾਦਾਂ 'ਚ ਆ ਗਏ ਨੇ ਇਹ ਮਾਮਲਾ 17 ਦਸੰਬਰ ਨੂੰ ਗਰਮਾਇਆ ਜਦੋਂ ਸਿੱਧੂ ਨੇ ਜਿੱਤੇਗਾ ਪੰਜਾਬ ਰੈਲੀ ਬਠਿੰਡਾ 'ਚ ਕਰ ਦਿੱਤੀ ਫਿਰ ਰੈਲੀ 'ਚ ਉਹੀ ਪਹਿਲਾ ਵਾਂਗ ਬੇਵਾਕ ਅਤੇ ਆਪਣੇ ਆਵਾਜ਼ ਦੇ ਨਾਲ ਲੀਡਰਾਂ ਨੂੰ ਸੰਨ ਲਾਉਣਾ ਉਹ ਵੀ ਆਪਣੀ ਹੀ ਪਾਰਟੀ ਦੇ ਉਹ ਤੋਂ ਬਾਅਦ ਛੱਨੀ ਉਹ ਕਿਹਾ ਮੈਂ ਵੀ ਉਹਨਾਂ ਕੋਲ ਕੋਈ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਹੈ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਹੱਸ ਰੋ ਹੱਸ ਰੋ ਪਤਾ ਨਹੀਂ ਹੋ ਗਿਆ ਕਿਉਂ ਖੋ ਗਿਆ ਤੇ ਫਿਰ ਅੱਗੇ ਕੀ ਆਵਾ ਮੈਂ ਕੁਛ ਨਹੀਂ ਕਹਿੰਦਾ ਬਿਨਾਂ ਦੇ ਲੋ ਬਸ ਇਸੇ ਗੱਲ ਤੋਂ ਫਿਰ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸਾਹਮਣੇ ਆਣਾ ਪਿਆ ਸਿੱਧੂ ਨੂੰ ਸ਼ੀਸ਼ਾ ਦਿਖਾਉਣ ਦੇ ਲਈ ਹੱਦੋਂ ਨਨ ਵੀ ਹੀ ਬੇਇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਆਦਾ ਮੈਚਿਓਰਿਟੀ ਤੋਂ ਵੇਖ ਲਓ ਇਹ ਤੁਹਾਨੂੰ ਐਸੀ ਜਮਾਤ ਨੇ ਇਜ਼ਤਮਾਨ ਦੇ ਹੀ ਦਿੱਤਾ ਹੈ ਕਿ ਉਹਨੂੰ ਡਾਈਜੈਸਟ ਵੀ ਤਾ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਇਸ ਸਬੋ ਸਾਡੇ ਵਰਗਿਆਂ ਦੇ ਲਈ ਆਮ ਗੱਲ ਹੋ ਸਕਦੀ ਹੈ ਪਰ ਪਾਰਟੀ ਪ੍ਰਧਾਨ ਜਾਂ ਫਿਰ ਕਹਿ ਲਓ ਕਿ ਕਿਸੇ ਪਾਰਟੀ ਦੇ ਲਈ ਇੱਕ ਵੱਡੀ ਮੁਸੀਬਤ ਮੁਸੀਬਤ ਹੈ ਜੋ ਚੋਣਾਂ 'ਚ ਧੜੇਬੰਦੀ ਨੂੰ ਪਾਰਟੀ ਦਾ ਨੁਕਸਾਨ ਪਹੁੰਚਾ ਸਕਦੀਆਂ ਇਸ ਦਾ ਫਿਕਰ ਹੁੰਦਾ ਤੁਸੀਂ ਸਾਇੰਸ ਦਾ ਸਾਇੰਸ ਦੇ ਵਿੱਚ ਪੜਿਆ ਹੋਵੇਗਾ ਨਿਊਟਨ ਦਾ ਤੀਸਰਾ ਲਾ ਕਿ ਐਕਸ਼ਨ ਦੇ ਨਾਲ ਰਿਐਕਸ਼ਨ ਵੀ ਹੁੰਦਾ ਤੇ ਵਿਗਿਆਨੀ ਨਿਊਟਨ ਦਾ ਇਹ ਤੀਸਰਾ ਲਾ ਕਾਂਗਰਸ ਤੇ ਫਿੱਟ ਬੈਂਦਾ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਨੇ ਐਕਸ਼ਨ ਕੀਤਾ ਤਾਂ ਫਿਰ ਹਾਈ ਕਮਾਂਡ ਨੇ ਰਿਐਕਸ਼ਨ ਵੀ ਕਰ ਦਿੱਤਾ ਪੰਜਾਬ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਨੇ ਬਾਜਵਾ ਦਾ ਜੋ ਕਲੇਸ਼ ਹੈ ਇਸ ਨੂੰ ਹੱਲ ਕਰਨ ਦੇ ਲਈ ਕਾਂਗਰਸ ਹਾਈ ਕਮਾਂਡ ਦੀ ਐਂਟਰੀ ਹੁੰਦੀ ਹੈ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਨੇ ਬਾਜਵਾ ਦਾ ਸਿੱਧੂ ਤੇ ਦਿੱਤਾ ਬਿਆਨ ਮੰਗਾਇਆ ਤੇ ਇਸ ਦੇ ਨਾਲ ਹੀ ਨੌ ਸਾਬਕਾ ਵਿਧਾਇਕਾਂ ਦੀ ਪ੍ਰੈਸ ਰਿਲੀਜ਼ ਵੀ ਜਾਣਕਾਰੀ ਮੰਗੀ ਹੈ ਜਿਸ ਵਿੱਚ ਉਹਨਾਂ ਨੇ ਸਿੱਧੂ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਮੰਗ ਕੀਤੀ ਉਹਦੇ ਪੂਰਾ ਮਾਮਲਾ ਕੌਮੀ ਜਰਨਲ ਸਕੱਤਰ ਪ੍ਰੇਂਕਾ ਗਾਂਧੀ ਦੇ ਧਿਆਨ ਦੇ ਵਿੱਚ ਵੀ ਹੈ ਪ੍ਰਿੰਕਾ ਗਾਂਧੀ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਆ ਮੰਨੇ ਜਾ ਰਿਹਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਲੈ ਕੇ ਉਹਨਾਂ ਦੀ ਵੀ ਸਿੱਧੂ ਦੇ ਨਾਲ ਗੱਲਬਾਤ ਹੋਈ ਹੈ ਕਾਂਗਰਸ ਵਰਕਿੰਗ ਦੀ ਕਮੇਟੀ ਜਿਹੜੀ ਹੈ ਉਹਨਾਂ ਦੀ ਮੀਟਿੰਗ ਹੈ ਉਸ ਤੋਂ ਬਾਅਦ ਕਾਰਵਾਈ ਹੋਣਾ ਬਣਦੀ ਹੈ 2022 ਦੇ ਵਿੱਚ ਜੇਲ੍ਹ ਜਾਣ ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਵਕਤ ਤੋਂ ਆਪਣੇ ਲੀਡਰਾਂ ਦੇ ਨਾਲ ਮੀਟਿੰਗਾਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਸਿਲਸਿਲਾ ਲਗਾਤਾਰ ਜਾਰੀ ਹੁੰਦਾ ਹੈ ਤਾਂ ਸੁਪਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਿਕਾਇਤ ਕਰਦੇ ਆ ਤੇ ਸਿੱਧੂ ਨੂੰ ਫਿਰ ਪਾਰਟੀ ਵੱਲੋਂ ਨੋਟਿਸ ਜਾਰੀ ਹੁੰਦਾ ਹੈ ਪਰ ਸਿੱਧੂ ਦੇ ਜੇਲ੍ਹ ਜਾਣ ਦੀ ਖਬਰ ਤੋਂ ਬਾਅਦ ਇਹ ਮਾਮਲਾ ਠੰਡਾ ਪੈ ਜਾਂਦਾ ਹੈ ਪਰ ਨਵਜੋਤ ਸਿੰਘ ਸਿੱਧੂ ਸਾਹਿਬ ਐ ਕਿ ਇਹ ਮਾਮਲਾ ਠੰਡਾ ਨਹੀਂ ਪੈਣ ਦੇ ਰਿਹਾ ਸਿੱਧੂ ਨੇ ਇੱਕ ਵਾਰ ਫੇਰ ਤੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਾਂਗਰਸ ਵਰਕਰਾਂ ਨੂੰ ਲੈ ਕੇ ਇੱਕ ਪੋਸਟ ਪਾਈ ਹੈ ਜਿਸ ਨੇ ਮੁੜ ਤੋਂ ਪੰਜਾਬ ਕਾਂਗਰਸ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਨੇ ਆਪਣੀ ਨਵੀਂ ਪੋਸਟ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਉਸ ਇਤਰਾਜ਼ ਤੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਸਿਆਸੀ वार ਕੀਤਾ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਜਿਹੜੇ ਆ ਉਹ ਸਵਾਲ ਚੁੱਕੇ ਜਾ ਰਹੇ ਨੇ ਬਾਜਵਾ ਨੇ ਸਿੱਧੂ ਨੂੰ ਨਸੀਹਤ ਵੀ ਦਿੱਤੀ ਹੈ ਕਿ ਉਹ ਆਪਣਾ ਵਕਤ ਉਹ ਮੰਚ 'ਤੇ ਨਾ ਲਗਾਉਂ ਤੇ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਇਸ ਤੇ ਸਿੱਧੂ ਨੇ ਹੁਣ ਤਾਜ਼ਾ ਪੋਸਟ ਪਾ ਕੇ ਕਿਹਾ ਕਿ ਮੈਂ ਬਹੁਤ ਖੁਸ਼ ਹੋਵਾਂਗਾ ਜੇਕਰ ਕਾਂਗਰਸ ਦੇ ਸੌਫਟ ਵਰਕਰ ਵੀ ਪਿੰਡ ਜਾਂ ਸ਼ਹਿਰ ਦੇ ਵਿੱਚ ਪਾਰਟੀ ਦੀ ਵਿਚਾਰਧਾਰਾ ਦੱਸਣ ਦੇ ਲਈ ਇਕੱਠੇ ਹੁੰਦੇ ਨੇ ਇਹ ਪੰਜਾਬ ਨੂੰ ਮੁੜ ਖੜਾ ਕਰਨ ਦਾ ਏਜੰਡਾ ਹੈ ਦੋ ਮੌਜੂਦਾ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦਾ ਮੌਕਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਬਣਾ ਚੁਣਦੇ ਨੇ ਇਹ ਸਾਡੀ ਪਾਰਟੀ ਨੂੰ ਮਜ਼ਬੂਤ ਮਜ਼ਬੂਤ ਦੇ ਨਾਲ ਨਾਲ ਜ਼ਮੀਨੀ ਪੱਧਰ ਤੇ ਆਗੂਆਂ ਨੂੰ ਵੀ ਤਾਕਤ ਦੇਗਾ 8000 ਸਮਰਥਕਾਂ ਲਈ ਅੜਿਕਾਂ ਕਿਉਂ ਬਣਦੇ ਹੋ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੀਆਂ ਪਾਰਟੀਆਂ ਦੇ ਏਜੰਡੇ ਦੇ ਵਿੱਚ ਵਿਸ਼ਵਾਸ ਰੱਖਦੇ ਆ ਤੇ ਤੁਹਾਨੂੰ ਇੱਕ ਵਿਕਲਪ ਮੰਨਦੇ ਨੇ ਇਹ ਸਭ ਕੁਝ ਮਾਇਨੇ ਰੱਖਦਾ ਹੈ ਇਸੇ ਵਜ੍ਹਾ ਕਰਕੇ ਹੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਜੋ ਤੁਸੀਂ ਟਵੀਟ ਦੇਖਿਆ ਇਹ ਮੰਗ ਉੱਠੀ ਹੈ ਬਾਹਰ ਕੱਢਣ ਦੀ ਮਾਫ ਕਰਨਾ ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਇੱਕ ਇੱਕ ਕਰਕੇ ਹੁਣ ਤੁਹਾਨੂੰ ਉਹਨਾਂ ਚਿਹਰਿਆਂ ਦੇ ਨਾਲ ਵੀ ਮਲਾਉਨੇ ਆ ਜਾਂ ਫਿਰ ਆਖ ਲਵੋ ਕਿ ਉਹਨਾਂ ਧੜਿਆਂ ਦੇ ਨਾਲ ਵੀ ਮਲਾਉਨੇ ਆ ਜਿਸ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਆਵਾਜ਼ ਚੁੱਕੀ ਹੈ ਕਿ ਪਾਰਟੀ ਚੋਂ ਬਾਹਰ ਕੱਢੋ ਬਾਜਵਾ ਹੋ ਗਿਆ ਵੜਿੰਗ ਹੋ ਗਿਆ ਚੰਨੀ ਜਾਂ ਰੰਦਾਵਾ ਇਹਨਾਂ ਦੇ ਧੜੇ ਦੇ ਨੌ ਸਾਬਕਾ ਵਿਧਾਇਕਾਂ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਬੀਤੇ ਦਿਨ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਪਹਿਲਾ ਨਾਮ ਹੈ ਕੁਲਵੀਰ ਸਿੰਘ ਜ਼ੀਰਾ ਜ਼ੀਰਾ ਤੋਂ ਸਾਬਕਾ ਵਿਧਾਇਕ ਹੈ ਇਹਨਾਂ ਨੇ ਕਿਹਾ ਕਿ ਸਿੱਧੂ ਦਾ ਐਕਸ਼ਨ ਪਾਰਟੀ ਦੇ ਵਿਰੋਧ ਵਿੱਚ ਹੈ ਇਸੇ وجہ ਦੇ ਨਾਲ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਾਂਗਰਸ 2022 ਚ 78 ਸੀਟਾਂ ਤੋਂ 18 ਸੀਟਾਂ ਤੇ ਆਈ ਨਵਜੋਤ ਸਿੰਘ ਤਈਆ ਨਕੋਦਰ ਤੋਂ ਸਾਬਕਾ ਵਿਧਾਇਕ ਨੇ ਇਹਨਾਂ ਨੇ ਕਿਹਾ ਕਿ ਸਿੱਧੂ ਦਾ ਇਹ ਇਤਿਹਾਸ ਰਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਸਟੈਂਡ ਤੋਂ ਉਲਟਾ ਚੱਲਦੇ ਨੇ ਉਹ ਟੀਮ ਦੀ ਤਰ੍ਹਾਂ ਖੇਡਣ ਵਾਲੇ ਖਿਡਾਰੀ ਨਹੀਂ ਹੈ ਇੰਦਰਬੀਰ ਸਿੰਘ ਬੁਲਾਰੀਆ ਅੰਮ੍ਰਿਤਸਰ ਦੱਖਣੀ ਤੋਂ ਸਾਬਕਾ ਵਿਧਾਇਕ ਰਹੇ ਚੁੱਕੇ ਅਤੇ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਆ ਇਹਨਾਂ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਲਈ ਚੁਣਿਆ ਗਿਆ ਸੀ ਤਾਂ ਸਿੱਧੂ ਸੀਨੀਅਰ ਲੀਡਰਾਂ ਦੇ ਨਾਲ ਮੌਜੂਦ ਸਨ ਪਰ ਇਸ ਦੇ ਬਾਵਜੂਦ ਉਹਨਾਂ ਨੇ ਪਾਰਟੀ ਦੇ ਨਾਲ ਸਟੈਂਡ ਨਹੀਂ ਕੀਤਾ ਆਪਣੇ ਆਪ ਨੂੰ ਚਮਕਾਉਣ ਦੇ ਲਈ ਪਾਰਟੀ ਦਾ ਚੋਣਾਂ ਦੇ ਵਿੱਚ ਭਵਿੱਖ ਖਰਾਬ ਕਰ ਦਿੱਤਾ ਬਰਿੰਦਰ ਮੀਤ ਸਿੰਘ ਪਾੜਾ ਗੁਰਦਾਸਪੁਰ ਤੋਂ ਮੌਜੂਦਾ ਵਿਧਾਇਕ ਹੈ ਔਰ ਇਹਨਾਂ ਨੇ ਕਿਹਾ ਕਿ ਤੁਸੀਂ ਯਾਨੀ ਕਿ ਸਿੱਧੂ ਪਾਰਟੀ ਦੀ ਪ੍ਰਧਾਨਗੀ ਦੇ ਦੌਰਾਨ ਆਪਣੇ ਆਪ ਨੂੰ ਸਾਬਿਤ ਕਰਨ ਦੇ ਵਿੱਚ ਨਾ ਕਾਮਯਾਬ ਸਾਬਿਤ ਹੋਏ ਸੀ ਸਿੱਧੂ ਟੀਮ ਦੇ ਕੈਪਟਨ ਦੀ ਭੂਮਿਕਾ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੇਲ ਹੋਏ ਨੇ ਹੋਰ ਵੀ ਕਈ ਨਾਮ ਹੈ ਜੋ ਸਿੱਧੂ ਦੇ ਰਵੱਈਏ ਤੋਂ ਪਰੇਸ਼ਾਨ ਹੈ ਜਿਵੇਂ ਕਿ ਮੋਹਿਤ ਸਿੰਘਲਾ ਲਖਵੀਰ ਸਿੰਘ ਲੱਖਾ ਦਵਿੰਦਰ ਸਿੰਘ ਗੁਬਾਇਆ ਖੁਸ਼ਬਾਲ ਸਿੰਘ ਜਟਾਣਾ ਤੇ ਅਮਿਤ ਵੇਜ ਐਡੀ ਵੱਡੀ ਗੱਲ ਹੋ ਜਾਵੇ ਤਾਂ ਸਿੱਧੂ ਦਾ ਧੜਾ ਕਿਵੇਂ ਚੁੱਪ ਬੈਠ ਸਕਦਾ ਹੈ ਕਾਰਨ ਕੀ ਹੈ ਉਹ ਵੀ ਦੱਸਿਆ ਸਿੱਧੂ ਦੇ ਕਰੀਬੀਆਂ ਨੇ ਭਾਈ ਇਹਨਾਂ ਨੂੰ ਤਾਂ ਪਾਰਟੀ ਚ ਕੋਈ ਥਾਂ ਨਹੀਂ ਦੇ ਰਿਆ ਸਟੇਜ ਨਹੀਂ ਦਿੱਤੀ ਜਾ ਰਹੀ ਕੋਈ ਸਲਾਹ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਇਹਨਾਂ ਤੋਂ ਇਸੇ ਕਰਕੇ ਸਿੱਧੂ ਧੜੇ ਨੇ ਹੁਣ ਆਪਣੇ ਬਿਆਨ ਵੀ ਜਾਰੀ ਕੀਤੇ ਐ ਸਿੱਧੂ ਦੇ ਸਾਥੀਆਂ ਨੇ ਪਲਟਵਾਰ ਕਰਦੇ ਹੋਏ ਲਿਖਿਆ ਸਤਕਾਰਯੋਗ ਬਾਜਵਾ ਸਾਹਿਬ ਜੀ ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਅਤੇ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ਚ ਸੱਦਿਆ ਜਾਂਦਾ ਤੇ ਜੇ ਅਸੀਂ ਕਾਂਗਰਸ ਦੀ ਬਿਹਤਰੀ ਦੇ ਲਈ ਪਾਰਟੀ ਵਰਕਰਾਂ ਦੇ ਸੱਦੇ ਤੇ ਰੈਲੀ ਰੱਖ ਕੇ 8000 ਤੋਂ ਉੱਤੇ ਇਕੱਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ ਅਸੀਂ ਅਹੁਦੇਦਾਰਾਂ ਅਤੇ ਕਾਂਗਰਸ ਵਰਕਰ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਰੁੱਝੇ ਹੋਏ ਹਾਂ ਪਰ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਦੇ ਵਿੱਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਸੀਂ ਪਾਰਟੀ ਨੂੰ ਉਨਾ ਹੀ ਪਿਆਰ ਕਰਦੇ ਹਾਂ ਤੇ ਸਤਿਕਾਰ ਕਰਦੇ ਹਾਂ ਜਿੰਨਾ ਤੁਸੀਂ ਕਰਦੇ ਹੋ ਪਿਛਲੇ ਲਗਭਗ 1 ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਵੱਜੋਂ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰਗੇ ਰੱਖੇ ਅਸਲ 'ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਤੇ ਨੁਮਾਇੰਦਗੀ ਨਹੀਂ ਮਿਲ ਰਹੀ ਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਹ ਫੜੀ ਹੈ ਤਾਂ ਕੁਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਅਤੇ ਸਧਾਰਨ ਵਰਕਰਾਂ ਦੇ ਨਾਲ ਪੱਖਪਾਤ ਨਹੀਂ ਕਰੇਗੀ ਇਹ ਦਰਅਸਲ ਬੋਲ ਜਿਹੜੇ ਹੈਗੇ ਆ ਇਹ 나జర్ ਸਿੰਘ ਮਾਨਸ਼ਾਈਆ ਜੋ ਐਮ ਐਲ ਏ ਨੇ ਸਾਬਕਾ ਰਜਿੰਦਰ ਸਿੰਘ ਸਮਾਣਾ ਮਹੇਸ਼ਿੰਦਰ ਸਿੰਘ ਰਮਿੰਦਰ ਆਮਲਾ ਜਗਤਦੇਵ ਸਿੰਘ ਕਮਾਲੂ ਵਿਜੇ ਕਲਰਾ ਤੇ ਨਾਲ ਦੀ ਨਾਲ ਹਰਵਿੰਦਰ ਸਿੰਘ ਲਾਢੀ ਰਾਜਵੀਰ ਸਿੰਘ ਰਾਜਾ ਇੰਦਰਜੀਤ ਸਿੰਘ ਢਿੱਲੋਂ ਤੇ ਹੋਰ ਕਾਂਗਰਸ ਦੇ ਸੀਨੀਅਰ ਵਰਕਰ ਉਹਨਾਂ ਦੇ ਹਵਾਲੇ ਤੋਂ ਇਹ ਕੀਤੀ ਗਈ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਪਾਰਟੀ ਹਾਈ ਕਮਾਂਡ 2022 ਦੀ ਗਲਤੀ ਜਿਹੜੀ ਹੋਈ ਸੀ ਧੜੇਬੰਦੀ ਅੰਦਰ ਜੋ ਕਲੇਸ਼ ਪੈਦਾ ਹੋਇਆ ਸੀ ਕਿ ਉਸ ਤੋਂ 2023 ਦੇ ਵਿੱਚ ਪਹਿਲਾ ਪਹਿਲਾਂ ਚੋਣਾਂ ਤੋਂ ਪਹਿਲਾਂ ਇਸ ਨੂੰ ਹੱਲ ਕਰ ਪਾਉਂਦੀ ਹੈ ਜਾਂ ਨਹੀਂ ਕਰ ਪਾਉਂਦੀ ਜਾਂ ਫਿਰ ਨਵਜੋਤ ਸਿੰਘ ਸਿੱਧੂ ਇੱਕੋ ਸਟੇਜ ਤੇ ਆ ਸਕਦੇ ਆ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਰਾਜਾ ਵੜਿੰਗ ਦੇ ਨਾਲ ਇਹ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲੇਗਾ